ਜ਼ਰੂਰ ਕਰਦੇ। ਸਤਿ ਸ਼੍ਰੀ ਅਕਾਲ ਬਾਬਾ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਕੀ ਹਾਲ ਨੇ ਜੀ? ਠੀਕ ਆ ਜੀ, ਬਹੁਤ ਵਧੀਆ ਜੀ। ਅੱਛਾ ਬਾਬਾ ਜੀ, ਇੱਕ ਗੱਲ ਦੱਸੋ, ਤੁਹਾਡੇ ਕੋਲੇ ਜ਼ਮੀਨ ਕਿੰਨੀ ਆ? ਸਾਡੇ ਕੋਲੇ ਜ਼ਮੀਨ ਆਹ 1.5 ਕੁ ਬਿਘਾ ਸੌ ਆ ਜੀ ਆਹ। ਅੱਛਾ ਜੀ, ਅਤੇ ਆਪਾਂ ਜੱਟ ਜਾਤ ਦੇ ਨਾਲ ਸੰਬੰਧ ਰੱਖਦੇ ਆਪਾਂ? ਹਾਂ ਜੀ, ਅਸੀਂ ਜੱਟ ਹੁੰਦੇ ਹਾਂ। ਅੱਛਾ ਜੀ, ਇੱਕ ਤੁਸੀਂ ਮੈਨੂੰ ਇਹ ਗੱਲ ਦੱਸੋ ਬਾਬਾ ਜੀ, ਤੁਸੀਂ ਪਹਿਲਾਂ ਕੀ ਕਰਦੇ ਸੀਗੇ? ਅਸੀਂ ਜੀ ਪਹਿਲਾਂ ਫੌਜ ਦੇ ਵਿੱਚ ਸੀਗੇ, ਅਤੇ ਫੌਜ ਦੇ ਵਿੱਚ ਅਤੇ ਜਦੋਂ ਹਰਿਮੰਦਰ ਸਾਹਿਬ 'ਤੇ ਅਟੈਕ ਹੋਇਆ, ਅੱਛਾ ਜੀ, ਉਸ ਵੇਲੇ ਜੀ ਸਾਨੂੰ ਫਿਰ ਸਾਨੂੰ ਉੱਥੇ ਫਿਰ ਅਸੀਂ ਬਗਾਵਤ ਕਰਤੀ ਸੀਗੀ। ਅੱਛਾ, ਬਗਾਵਤ ਕਰਨ ਤੋਂ ਬਾਅਦ ਫਿਰ ਸਾਨੂੰ ਸਜ਼ਾਵਾਂ ਹੋ ਗਈਆਂ। ਅੱਛਾ ਜੀ, ਸਜ਼ਾਵਾਂ ਹੋ ਗਿਆ ਜੀ, ਅਸੀਂ ਧਰਮੀ ਫੌਜੀ ਹਾਂ। ਅੱਛਾ ਜਾਣੀ ਧਰਮੀ ਵੀ, ਫੌਜੀ ਸੁਰਜੀਤ ਸਿੰਘ ਜੱਟ ਮੈਨੂੰ ਆਖਦੇ ਨੇ। ਅੱਛਾ ਜਾਣੀ ਜੀ, ਤੁਸੀਂ ਸਰਕਾਰ ਦੇ ਵਿਰੁੱਧ ਵੀ ਹਾਂ, ਅਸੀਂ ਫਿਰ ਧਰਮ ਆਪਣੇ ਅੱਛਾ ਧਰਮ ਦੀ ਖਾਤਰ ਅਸੀਂ ਫੌਜ ਛੱਡ ਕੇ ਆਏ ਹਾਂ। ਅੱਛਾ, ਕਿੰਨੇ ਸਾਲ ਆਪਾਂ ਸਜ਼ਾ ਕੱਟੀ ਬਾਬਾ ਜੀ? ਅਸੀਂ ਕੱਟੀਆ ਜੀ, ਸਾਨੂੰ ਮੈਨੂੰ 10 ਸਾਲ ਹੋਏ ਸੀਗੀ। ਅੱਛਾ ਜੀ, ਹੁਣ ਤੁਹਾਡੀ ਉਮਰ ਕਿੰਨੀ ਹੈ ਜੀ? ਹੁਣ ਉਮਰ ਸਾਡੀ 72 ਸਾਲ ਦੀ ਹੋ ਗਈ ਜੀ। ਅੱਛਾ, ਇੱਕ ਬਾਬਾ ਜੀ ਗੱਲ ਦੱਸੋ, ਅਤੇ ਤੁਹਾਡੇ ਕੋਲ ਕਮਾਈ ਦਾ ਸਾਧਨ ਕੀ ਆ ਹੁਣ? ਕਮਾਈ ਦਾ ਸਾਧਨ ਸਾਡੇ ਕੋਲ ਆਹੀ ਆ ਜੀ, ਆਹ ਸਬਜ਼ੀ ਲਾ ਲੈਂਦੇ ਹਾਂ 1.5 ਬਿਘਾ ਤੋਂ, ਅਤੇ ਆਹੀ ਸਾਡਾ ਆਹੀ ਸਾਧਨ ਹੈ ਵੀ, ਹੋਰ ਸਾਨੂੰ ਕੁਛ ਨਹੀਂ ਮਿਲਦਾ ਹੈਗਾ। ਅੱਛਾ ਜੀ, ਤੁਸੀਂ ਮੈਨੂੰ ਐਂ ਦੱਸੋ, ਅੱਜ ਤੱਕ ਤੁਹਾਨੂੰ ਕਿਸੇ ਕਲੱਬ ਵੱਲੋਂ ਜਾਂ ਕਿਸੇ ਸਰਕਾਰ ਵੱਲੋਂ ਕਿਸੇ ਵੋਟਾਂ ਦੇ ਵੇਲੇ ਜਾਂ ਕੋਈ ਤੁਹਾਨੂੰ ਕਦੇ ਕਿਸੇ ਸਹਾਇਤਾ ਮਿਲੀ ਆ ਕੋਈ? ਸਾਨੂੰ ਕੋਈ ਸਹਾਇਤਾ ਨਹੀਂ ਮਿਲੀ ਜੀ, ਸਾਨੂੰ ਬਾਦਲ ਸਾਹਿਬ ਦੀ ਪਾਰਟੀ ਨੇ ਜਾਂ ਸ਼੍ਰੋਮਣੀ ਕਮੇਟੀ ਨੇ ਜਾਂ ਕਿਸੇ ਨੇ, ਸਾਨੂੰ ਅਜੇ ਤੱਕ ਕਿਸੇ ਨੇ ਨਹੀਂ ਪੁੱਛਿਆ ਸਾਨੂੰ। ਅੱਛਾ, ਜਿਹੜਾ ਸਾਡੀ ਹਾਲਤ ਜੇ ਦੇਖੋ, ਸਾਡੀ ਅੰਦਰ ਜਾ ਕੇ ਸਾਡੀ ਹਾਲਤ ਤੁਸੀਂ ਦੇਖੋ ਵੀ ਕੀ ਬਣੀ ਪਈ ਆ। ਅੱਛਾ ਬਾਬਾ ਜੀ, ਜਿਹੜੇ ਕਿ ਤੁਹਾਨੂੰ ਸ਼੍ਰੋਮਣੀ ਕਮੇਟੀ ਨੇ ਐਲਾਨ ਕੀਤਾ ਹੋਇਆ ਧਰਮੀ ਫੌਜੀਆਂ ਨੂੰ ਵੀ ਅਸੀਂ ਆਏ ਸਾਲ 50,000 ਰੁਪਇਆ ਦਿੰਦੇ ਹਾਂ, ਉਹ 50,000 ਤੁਹਾਨੂੰ ਕਿੰਨੇ ਵਾਰੀ ਮਿਲਿਆ ਜੀ? ਉਹ ਸਾਨੂੰ 1 ਵਾਰ ਮਿਲਿਆ ਜੀ, ਸਾਨੂੰ 51,000 ਰੁਪਇਆ ਸਿਰਫ 1 ਵਾਰ ਦਿੰਦੇ ਆਏ ਹਾਂ 84 ਤੋਂ ਲੈ ਕੇ ਅੱਜ ਤੱਕ। ਅੱਛਾ ਜੀ, ਨਹੀਂ ਸਾਨੂੰ ਕੋਈ ਬਾਦਲ ਨੇ ਸਹਾਇਤਾ ਨਹੀਂ ਦਿੱਤੀ, ਕੋਈ ਸਾਨੂੰ ਸ਼੍ਰੋਮਣੀ ਕਮੇਟੀ ਨੇ ਨਹੀਂ ਦਿੱਤੀ। ਅੱਛਾ, ਪਰਿਵਾਰ ਮੇਰੀ ਪੜ੍ਹਦੀ ਹੈ ਇਹਨਾਂ ਦੇ ਸਕੂਲ 'ਚ, ਮੇਰਾ ਤਾਂ ਉਹਦਾ ਵੀ ਮਾਫ਼ ਨਹੀਂ ਕੀਤਾ ਇਹਨਾਂ ਨੇ। ਅੱਛਾ ਬਾਬਾ ਜੀ, ਦੱਸੋ ਪਰਿਵਾਰ ਦੇ ਵਿੱਚ ਕਿੰਨੇ ਜਾਣੇ ਤੁਸੀਂ? ਅਸੀਂ 3 ਬੰਦੇ ਹਾਂ, ਅੱਛਾ ਇੱਕ ਮੇਰੀ ਲੜਕੀ ਆ, ਅਸੀਂ 2 ਅਸੀਂ ਅੰਮੀਆਂ ਬੀਬੀਆਂ। ਅੱਛਾ ਜੀ, ਅਤੇ ਲੜਕੀ ਕਿੰਨੇ ਚਿਰ ਦੀ ਹੈ ਆਪਣੀ? ਲੜਕੀ ਜੀ ਸਾਡੀ 10ਵੀਂ ਪਾਸ ਐਤੀ ਹੋਈ ਹੈ। ਠੀਕ ਹੈ ਜੀ, 11ਵੀਂ 'ਚ ਹੁਣ ਲੱਗਣਾ ਕਹਾਂ। ਅੱਛਾ ਜੀ, ਲਓ ਜੀ ਵੀਰੇ, ਤੁਹਾਨੂੰ ਅਸੀਂ ਪਿੰਡ ਭੁੱਲਰਾਂ ਤੋਂ ਧਰਮੀ ਫੌਜੀ ਸਰਜੀਤ ਸਿੰਘ ਦੇ ਘਰੇ ਫਿਰਦੇ ਸੀਗੇ, ਅਤੇ ਤੁਹਾਨੂੰ ਉਹਨਾਂ ਨੇ ਘਰ ਦੀ ਹਾਲਤ ਦਿਖਾਉਣੀ ਆ ਵੀ ਉਸ ਬੰਦੇ ਨੇ ਆਪਣੀ ਕੌਮ ਦੇ ਲਈ ਜੋ ਕੁਛ ਕੀਤਾ ਬਿਲਕੁਲ ਸਹੀ ਕੀਤਾ ਉਹਨੇ। ਤੁਹਾਨੂੰ ਉਹਦੇ ਘਰ ਦੀ ਕੰਡੀਸ਼ਨ ਦਿਖਾਉਣੀ ਆ, ਸਾਰੀਆਂ ਕਲੱਬ ਪਾਰਟੀਆਂ ਜਾਂ ਕੋਈ ਸਰਕਾਰ ਆ, ਕਿਸੇ ਨੇ ਕੋਈ ਅੱਜ ਤੱਕ ਸੁਣਵਾਈ ਨਹੀਂ ਕੀਤੀ ਇਹਨਾਂ ਨੇ। ਆਹ ਦੇਖੋ, ਇਹ ਬੰਦੇ ਦਾ ਘਰ ਆ, ਤੁਸੀਂ 70 ਸਾਲ ਦੀ ਉਮਰ ਆ, 70 ਸਾਲ ਪਲੱਸ ਬਜ਼ੁਰਗ ਨੇ ਇਹ, ਤੁਸੀਂ ਲਾ ਲਓ ਵੀ ਛੋਟੀ ਨਾਲ ਤੁਰਦੇ ਨੇ ਇਹ। ਤੁਸੀਂ ਇਹਨੂੰ ਦੱਸ ਦਿਓ ਵੀ ਵੋਟਾਂ ਮੰਗਣ ਤਾਂ ਆਪਾਂ ਸਾਰੇ ਆਏ ਨਹੀਂ ਆ, ਪਰ ਅੱਜ ਤੱਕ ਕਿਸੇ ਵੀ ਮੇਰੇ ਵੀਰ ਨੇ, ਕਿਸੇ ਸਰਕਾਰ ਨੇ, ਕਿਸੇ ਵੀ ਅੱਜ ਤੱਕ ਕੋਈ ਸਹਾਇਤਾ ਨਹੀਂ ਕੀਤੀ। ਆ ਇਹਨਾਂ ਦੇ ਮਾਤਾ ਜੀ ਇਹਨਾਂ ਦੇ ਘਰੋਂ ਨੇ ਜੀ, ਹੁਣ ਦੱਸੋ ਇਹ ਵੀ ਕੋਈ ਕੰਮ ਕਰਨ ਦੇ ਯੋਗ ਨਹੀਂ ਬਜ਼ੁਰਗ ਨੇ। ਆਹ ਦੇਖ ਲਓ ਬਿਲਕੁਲ, ਤੁਸੀਂ ਘਰ ਦੀ ਹਾਲਤ ਦੇਖ ਲਓ ਬਿਲਕੁਲ ਜੀ, ਜਿਹੜਾ ਪਹਿਲਾਂ ਇਹਨਾਂ ਦਾ ਵਿਚਾਰਿਆਂ ਦਾ ਪਹਿਲਾਂ ਘਰ ਦੇ ਵਿੱਚ ਜਿਹੜਾ ਕੁਛ ਵੀ ਪਹਿਲਾਂ ਬਣਿਆ ਹੋਇਆ ਪੁਰਾਣਾ ਮਕਾਨ ਹੀ ਆ, ਕੋਈ ਨਵਾਂ ਨਹੀਂ ਕੀਤਾ। ਔਰ ਲੜਕੀ ਆ, ਲੜਕੀ +1 ਦੇ ਵਿੱਚ ਪੜ੍ਹਦੀ ਆ, ਖਰਚੇ ਤੁਸੀਂ ਆਪ ਹੀ ਦੇਖ ਲਓ ਪੜ੍ਹਾਈਆਂ ਦੇ ਕਿੰਨੇ ਨੇ। ਹੁਣ ਆਹ ਬਜ਼ੁਰਗ ਨੇ ਦੇਖ ਲਓ, ਤੁਰਦੇ ਨੇ ਡਾਂਗ ਦੇ ਨਾਲ, ਹੁਣ ਇਹ ਕੀ ਖੇਤੀ ਕਰਨ, ਨਾ ਇਹਨਾਂ ਕੋਲੇ ਜ਼ਮੀਨ ਆ ਵੀ ਜ਼ਮੀਨ ਕੋਈ ਠੇਕੇ ਦੇ ਦੇਣ। ਕਿੰਨੀ ਭਾਬੀ ਜ਼ਮੀਨ ਆਪਣੇ ਕੋਲੇ? ਜ਼ਮੀਨ ਸਾਡੇ ਕੋਲੇ ਆ 1.5 ਬਿਘੇ ਥਾਂ ਦਾ, ਅਸੀਂ ਖੇਤੀ ਕਰਦੇ ਹਾਂ। ਹਾਂਜੀ, ਉਹ 2 ਬਿਘੇ ਥਾਂ ਹੈ, ਸਿਰਫ ਆਹ ਵਿੱਚ ਘਰ ਹੈ। ਹਾਂਜੀ, ਤੁਸੀਂ ਲਾ ਲਓ ਵੀ ਜਿਹੜੀ ਹੁਣ 1.5 ਬਿਘਾ ਗਈ, ਇਹਦੇ ਵਿੱਚ ਕੋਈ ਮੋਟਰ ਨਹੀਂ ਹੈਗੀ ਇਹਨਾਂ ਕੋਲੇ, ਕੋਈ ਬਾਲੀ ਗੱਲ ਕੀ ਆ, ਗਵਾਂਢੀਆਂ ਦੀ ਮੋਟਰ ਤੋਂ ਪਾਣੀ ਲੈਂਦੇ ਹੋ, ਬਾਲੀ ਗੱਲ ਕੀ ਕਰਦੇ ਇਹਨਾਂ ਨੇ, ਕਿਹੜੇ ਬਿਜਲੀ ਦੀ ਲਾਈਟ ਨਹੀਂ ਹੈਗੀ। ਆਪਾਂ ਕਹਿੰਦੇ ਨਾ ਵੀ ਮੋਦੀ ਸਾਹਿਬ ਕਹਿੰਦੇ ਨੇ ਵੀ ਸਾਡਾ, ਮੈਂ ਦੇਸ਼ ਦੇ ਵਿੱਚ ਵੀ ਬਹੁਤ ਅੱਗੇ ਡਿਜੀਟਲ ਕਰਤਾ ਇੰਡੀਆ। ਆਹ ਦੇਖੋ, ਅੱਜ ਦੇ ਟਾਈਮ ਦੇ ਵਿੱਚ 2019 ਚੱਲਦਾ, 2019 ਦੇ ਵਿੱਚ ਵੀ ਇਹਨਾਂ ਦੇ ਘਰੇ ਲਾਈਟ ਨਹੀਂ ਹੈਗੀ। 3 ਸਾਲ ਹੋ ਗਏ ਤੁਹਾਡੇ ਮੋਟੇ ਮੀਟਰ ਕੱਟੇ ਨੂੰ ਜੀ? ਹਾਂ, 3 ਸਾਲ ਹੋ ਗਏ ਸਾਡੇ ਮੀਟਰ ਕੱਟੇ ਨੂੰ। ਹਾਂਜੀ, ਕੋਈ ਆਮਦਨ ਦਾ ਸਾਧਨ ਨਾ ਹੋਣ ਕਰਕੇ ਇਹਨਾਂ ਤੋਂ ਬਿਜਲੀ ਦਾ ਬਿੱਲ ਭਰਿਆ ਨਹੀਂ ਗਿਆ ਜੀ। 3 ਸਾਲ ਦੇ ਲਗਭਗ ਹੋ ਗਏ ਇਹਨਾਂ ਦੇ ਜੀ ਮੀਟਰ ਕੱਟੇ ਨੂੰ। ਤੁਸੀਂ ਆਹ ਦੇਖ ਲਓ ਇਹਨਾਂ ਦੇ ਘਰ ਦੀ ਕੰਡੀਸ਼ਨ ਕੀ ਆ ਜੀ। ਰਸੋਈ ਸਾਡੀ, ਆਹ ਦੇਖ ਲਓ ਜੀ, ਆਹ ਸਾਰਾ ਘਰ ਆ, ਅਤੇ ਅੰਦਰ ਦੇਖ ਲਓ, ਅੰਦਰ ਤੁਹਾਨੂੰ ਦਿਖਾਉਣੇ ਇਹਨਾਂ ਦਾ ਘਰ ਅਸੀਂ। ਆਹ ਦੇਖੋ, ਗਾਡਰਾਂ ਦੇ ਘਰ ਆ ਜੀ, ਜਿਹੜੇ ਮੀਂਹ ਪੈਣ ਦਾ ਇਹ ਸਾਰਾ ਚਾਹੁੰਦਾ। ਆਹ ਦੇਖੋ ਜੀ, ਤੁਸੀਂ ਤੁਹਾਨੂੰ ਘਰ ਦੇ ਵਿੱਚ ਮੋਗਰੇ ਦਿੰਦੇ ਨੇ ਜਿੱਥੋਂ ਜੀ ਚਾਹੁੰਦਾ ਗਾ। ਆਹ ਦੇਖ ਲਓ ਜੀ, ਘਰ ਦੇ ਵਿੱਚ ਇਹਨਾਂ ਕੋਲ ਵੀ ਕੀ ਕੁਛ ਆ, ਬਸ ਸਾਡਾ ਇਹ ਵੀਡੀਓ ਸ਼ੇਅਰ ਕਰਨ ਦਾ ਇਹੀ ਮਤਲਬ ਆ। ਡਿੱਗਿਆ ਹੋਇਆ ਘਰ ਹੈ ਸਾਡਾ, ਡਿੱਗਿਆ ਹੋਇਆ ਮੁੜ ਕੇ ਪਿਆ ਨਹੀਂ। ਸਾਡਾ ਇਹ ਵੀਡੀਓ ਬਣਾਉਣ ਦਾ ਇਹੀ ਮਤਲਬ ਆ ਵੀ ਜਿਹੜੇ ਬੰਦਿਆਂ ਨੇ ਆਪਣੇ ਦੇਸ਼ ਦੇ ਲਈ, ਆਪਣੇ ਕੌਮ ਦੇ ਲਈ ਕੁਛ ਕੀਤਾ ਗਾ, ਉਹਨਾਂ ਨੂੰ ਉਹ ਉਹਨਾਂ ਦੇ ਕੀ ਹਾਲਾਤ ਨੇ, ਵੀ ਅੱਗੇ ਤੋਂ ਕੋਈ ਬੰਦਾ ਇਹ ਨਹੀਂ ਸੋਚੂਗਾ ਵੀ ਮੈਂ ਆਪਣੇ ਦੇਸ਼ ਦੇ ਲਈ, ਆਪਣੀ ਕੌਮ ਦੇ ਲਈ ਕੁਛ ਕਰਾਂ।
ਜਿਹੜਾ ਕੋਈ ਅਰਜਣ ਦੀ ਆਪਣੇ ਦੇਸ਼ ਦੀ ਕੌਮ ਦੇ ਲਈ ਕਰਦਾ ਜਣ ਦੀ, ਇਹ ਸਿੱਧ ਹੋ ਗਿਆ ਵੀ ਉਹ ਭੁੱਖਾ ਹੀ ਮਰਦਾ ਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।